ਏ ਡਾਕਟਰ ਆਏ ਨੀ ਦਬਣਾ ਜਿੰਨੇ ਮਰਜ਼ੀ ਪੈਂਚਰ ਕਰ ਲਿਆ ਗੱਡੀ ਗੁੱਡੀ ਦੇ ਟਾਇਰ ਤੂੰ ਮੈਨੂੰ ਕਿਹਾ ਸੀ ਸਿੱਧੂ ਮੂਸੇਵਾਲੇ ਦੇ ਲਾਈਵ ਹੋਈ ਹਾਂ ਮੈਂ ਪਾ ਦੀ ਵੀਡੀਓ ਅੱਛਾ ਉਹਦੇ ਫਾਈਨਾਂ ਨੇ ਵੇਖ ਲਈ ਉਹਦਾ ਯਾਰ ਭੈੜੀ ਬਹੁਤ ਕਿਉਂ ਤੂੰ ਤਾਂ ਕਹਿੰਦਾ ਸੀ ਉਹ ਕਮੈਂਟਾਂ 'ਚ ਗਾਲਾਂ ਕੱਢਣਗੇ ਉਹਨਾਂ ਨੇ ਪਤੰਦਰ ਮੇਰੇ ਗੱਡੀ ਦੇ ਟਾਇਰ 'ਚ ਕੈਂਚੀ ਮਾਰੀ ਆਹ ਵਾਲੀ ਵੇਖ ਲਾ ਉਹ ਯਾਰ ਆਹ ਕੈਂਚੀ ਟਾਇਰ 'ਚ ਕਿਵੇਂ ਵੱਜੂ ਮੈਨੂੰ ਨੀ ਪਤਾ ਕਿਵੇਂ ਮਾਰੀ ਉਹਨਾਂ ਨੇ ਮਾਰ ਕੇ ਦਿਖਾ चेतना खराब कर पर मैनू ऐ दस भी तू आमरे पेज बना के करना की सी क्यों मेरा नहीं दिल करदा ਵੀ ਮੈਂ ਵੀ ਸਿੱਧੂ ਮੂਸੇਵਾਲੇ ਨੂੰ ਜਾ ਕੇ ਮੋਟਰ ਤੇ ਲਾਈਵ ਹੋਵਾਂ ਲਾਈਵ ਤੋਂ ਬਾਅਦ ਮੇਰੀ ਵੀਡੀਓ ਵੱਖ ਵੱਖ ਚੈਨਲਾਂ ਤੇ ਪਵੇ ਜਦੋਂ ਮੈਂ ਪਬਲਿਕ 'ਚ ਜਾਵਾਂ ਲੋਕ ਮੇਰੇ ਨਾਲ ਫੋਟੋਆਂ ਖਿਚਾਉਣ ਕਦੇ ਇੱਧਰੋਂ ਕਦੇ ਇੱਧਰੋਂ ਮੇਰੇ ਨਾਲ ਕਰਦਾ ਦੱਸ ਐਡਾ ਤੂੰ ਸਿੱਧੂ ਮੂਸੇਵਾਲਾ ਨਾ ਤੂੰ ਹੁਣ ਸਿੱਧੂ ਮੂਸੇਵਾਲੇ ਨਾਲ ਰਲ ਗਿਆ ਮੈਂ ਗਾ ਲੈਂਗਾ ਉਹਦੇ ਕੋਈ ਸੁਪਰ ਹਿੱਟ ਗਾਣੇ ਮੈਂ ਲੱਗਦਾ ਤੇਰੀ ਦੁਕਾਨ ਤੇ ਕੋਈ ਮਰੀਜ਼ ਆਉਂਦਾ ਹੋਣਾ ਜੇ ਦੋ ਚਾਰ ਆਉਂਦੇ ਆ ਤਾਂ ਜਾ ਕੇ ਸਾਂਭ ਲਾ ਨਹੀਂ ਤਾਂ ਤੇਰਾ ਬੇੜਾ ਕਰਕੇ ਆ ਲੈ ਢੱਠੇ ਖੂਹ 'ਚ ਜਾਵੇ ਡਾਕਟਰੀ ਮੈਂ ਤਾਂ ਬਸ ਫੇਮਸ ਹੋਣਾ ਜਦੋਂ ਵੀ ਮੈਂ ਪਬਲਿਕ 'ਚ ਜਾਵਾਂ ਲੋਕ ਮੈਨੂੰ ਕਹਿਣ ਉਹ ਜਾਂਦਾ ਵਰਲਡ ਵਾਈਡ ਫੇਮਸ ਡਾਕਟਰ ਸੁਰਿੰਦਰ ਸਿੰਘ ਚੱਡਾ ਐਡਾ ਤੂੰ ਆ ਗਿਆ ਮਾਰਕ ਜ਼ੁਕਰਬਰਗ ਓਏ ਅੱਜ ਦੇ ਟਾਈਮ 'ਚ ਮਸ਼ਹੂਰ ਹੋਣਾ ਇੰਨਾ ਸੌਖਾ ਨਹੀਂ ਗਾਲਾਂ ਖਾਣੀਆਂ ਪੈਂਦੀਆਂ ਲੋਕਾਂ ਤੋਂ ਕਿਉਂ ਗਾਲਾਂ ਕਦੋਂ ਕੱਢਣਗੇ ਉਹ ਤੇਰਾ ਮੂੰਹ ਹੀ ਗਾਲਾਂ ਖਾਣ ਵਾਲਾ ਉਹ ਗਾਲਾਂ ਕੱਢਣਗੇ ਕਾਹਤੋਂ ਮੈਨੂੰ ਇਹ ਤਾਂ ਦੱਸ ਉਹ ਨਾ ਤੇਰੇ 'ਚ ਗਾਉਣ ਦੀ ਕਲਾ ਨਾ ਤੇਰੇ 'ਚ ਕੋਈ ਕਮੇਡੀ ਕਰਨ ਦੀ ਕਲਾ ਜੇ ਤੂੰ ਮਸ਼ਹੂਰ ਹੋਇਆ ਤੂੰ ਤਾਂ ਬਸ ਕੋਈ ਜਬਲੀ ਜੁਬਲੀ ਮਾਰ ਕੇ ਮਸ਼ਹੂਰ ਹੋਣਾ ਤੇ ਫਿਰ ਉਹਦੇ ਬਦਲੇ ਕਮੈਂਟਾਂ ਤੈਨੂੰ ਲੋਕਾਂ ਨੇ ਗਾਲਾਂ ਹੀ ਕੱਢਣੀਆਂ ਹੋਰ ਹਾਰ ਤਾਂ ਪਾਉਣੋ ਰੇ ਉਹ ਗਾਲਾਂ ਗੁਲਾਂ ਦੀ ਮੈਨੂੰ ਕੋਈ ਪਰਵਾਹ ਨਹੀਂ ਪਰ ਜਿੱਥੇ ਵੀ ਇਹ ਡਾਕਟਰ ਜਾਵੇ 25-25 ਸਾਲ ਦੀਆਂ ਕੁੜੀਆਂ ਇਸ 50 ਸਾਲ ਦੇ ਡਾਕਟਰ ਵੱਲ ਦੇਖਣ ਸ਼ਰਮ ਤਾਂ ਨਹੀਂ ਆਉਂਦੀ ਵੱਡੇ ਡੇਨ ਬਲਜੇਰੀਆ ਨੂੰ ਉਹ ਤੇਰੀ ਉਮਰ ਕੁੜੀਆਂ ਵਿਆਹਣ ਦੀ ਆ ਕੁੜੀਆਂ ਪੱਟਣ ਦੀ ਨਹੀਂ ਜੇ ਤੈਨੂੰ ਇੰਨੀ ਕੋਈ ਅੱਗ ਲੱਗੀ ਨਾ ਫੇਮਸ ਹੋਣ ਦੀ ਤਾਂ ਫਿਰ ਕਿਸੇ ਮਸ਼ਹੂਰ ਜਿਹੇ ਬੰਦੇ ਨੂੰ ਪੁੱਠਾ ਸਿੱਧਾ ਬੋਲ ਲਾ ਆਪੇ ਹੋ ਜਾਏਗਾ ਮਸ਼ਹੂਰ ਉਹ ਮੇਰੀ ਗੱਲ ਤਾਂ ਸੁਣ ਲਾ ਓਏ ਹਾਂ ਦੱਸ ਯਾਰ ਗੱਲ ਤਾਂ ਤੇਰੀ ਸਹੀ ਆ ਪੁੱਠਾ ਸਿੱਧਾ ਤਾਂ ਮੈਂ ਬੋਲ ਦੂੰ ਆਪਣੇ ਪੰਜਾਬ 'ਚ ਮਸ਼ਹੂਰ ਬੰਦਾ ਤਾਂ ਇੱਕ ਹੀ ਸੀ ਉਹ ਸੀ ਸਿੱਧੂ ਮੂਸੇਵਾਲਾ ਉਹ ਵਿਚਾਰਾ ਇਹ ਦੁਨੀਆ ਦੇ ਨਹੀਂ ਰਿਹਾ ਹੁਣ ਮੈਨੂੰ ਸਮਝ ਨਹੀਂ ਆਉਂਦੀ ਵੀ ਪੁੱਠਾ ਸਿੱਧਾ ਬੋਲਾਂ ਤੇ ਬੋਲਾਂ ਕਿਹਨੂੰ ਓਏ ਆਹੀ ਤਾਂ ਮੌਕਾ ਤੇਰੇ ਕੋਲੇ ਉਹ ਕਿਵੇਂ ਗੱਲ ਸੁਣ ਹਾਂ ਜਿਹੜਾ ਸਿੱਧੂ ਮੂਸੇਵਾਲਾ ਓਏ ਉਹਨੂੰ ਇਕੱਲਾ ਪੰਜਾਬ ਹੀ ਨਹੀਂ ਸਾਰੀ ਦੁਨੀਆ ਬਹੁਤ ਪਿਆਰ ਕਰਦੀ ਆ ਤੇ ਕਰਦੀ ਰਹੂਗੀ ਜਦੋਂ ਉਹਦਾ ਕੋਈ ਗਾਣਾ ਆਇਆ ਤੂੰ ਉਹਦੇ ਗਾਣੇ ਬਾਰੇ ਪੁੱਠੀ ਸਿੱਧੀ ਗੱਲ ਆਪਦੇ ਫੇਸਬੁੱਕ ਪੇਜ ਤੇ ਲਾਈਵ ਹੋ ਕੇ ਬੋਲਦੀ ਅੱਛਾ ਉਦੋਂ ਬਾਅਦ ਤੈਨੂੰ ਚੈਨਲ ਵਾਲਿਆਂ ਨੇ ਚੱਕ ਲੈਣਾ ਵੀ ਡਾਕਟਰ ਨੇ ਸਿੱਧੂ ਬਾਰੇ ਇਹ ਕਹਿਤਾ ਉਹ ਕਹਿਤਾ ਉਦੋਂ ਬਾਅਦ ਚਾਰੇ ਪਾਸੇ ਡਾਕਟਰ ਡਾਕਟਰ ਹੋ ਜਾਣੀਆਂ ਨਾਲੇ ਤੇਰਾ ਫੇਸਬੁੱਕ ਪੇਜ ਚੱਲ ਪੈਣਾ ਤੇ ਇੱਕ ਗੱਲ ਹੋਰ ਦੱਸਾਂ ਮੋਟਾ ਰੁਪਈਆ ਵੀ ਬਣੂ ਫੇਸਬੁੱਕ ਤੋਂ ਹਾਂਜੀ ਅੱਛਾ ਪਰ ਬਾਈ ਕਮੈਂਟਾਂ 'ਚ ਗਾਲਾਂ ਖਾਣੀਆਂ ਪੈਣੀਆਂ ਉਹ ਤੈਨੂੰ ਜਰਨੀਆਂ ਪੈਣੀਆਂ ਉਹ ਆਪਾਂ ਖਾ ਲਾਂਗੇ ਅੱਗੇ ਵੀ ਰੋ ਕੱਢੀ ਜਾਂਦੇ ਆ ਪੈਸਾ ਬਣਨਾ ਚਾਹੀਦਾ ਬਸ ਫਿਰ ਤਾਂ ਬਣ ਗਈ ਗੱਲ ਬਸ ਇਹ ਡਾਕਟਰ ਆਏ ਨੀ ਦਬਣਾ ਜਿੰਨੇ ਮਰਜ਼ੀ ਪੈਂਚਰ ਕਰ ਲਿਆ ਗੱਡੀ ਗੁੱਡੀ ਦੇ ਟਾਇਰ ਮਾਰ ਲਓ ਕੈਂਚੀਆਂ ਆਹੋ ਐਂ ਪਾਵਾਂਗੇ ਵੀਡੀਓ ਕੀ ਗੱਲ ਹੋ ਗਈ ਉਹ ਯਾਰ ਕੱਲ ਤੂੰ ਮੈਨੂੰ ਕਿਹਾ ਸੀ ਸਿੱਧੂ ਮੂਸੇਵਾਲੇ ਦੇ ਲਾਈਵ ਹੋਈ ਹਾਂ ਮੈਂ ਪਾ ਦੀ ਵੀਡੀਓ ਅੱਛਾ ਉਹਦੇ ਫਾਈਨਾਂ ਨੇ ਵੇਖ ਲਈ ਅੱਛਾ ਉਹਦਾ ਯਾਰ ਭੈੜੀ ਬਹੁਤ ਕਿਉਂ ਤੂੰ ਤਾਂ ਕਹਿੰਦਾ ਸੀ ਉਹ ਕਮੈਂਟਾਂ 'ਚ ਗਾਲਾਂ ਕੱਢਣਗੇ ਉਹਨਾਂ ਨੇ ਪਤੰਦਰ ਮੇਰੇ ਗੱਡੀ ਦੇ ਟਾਇਰ 'ਚ ਕੈਂਚੀ ਮਾਰੀ ਆਹ ਵਾਲੀ ਵੇਖ ਲਾ ਸਾਰਾ ਟਾਇਰ ਪਾੜ ਕੇ ਰੱਖਦਾ ਆਹ ਕੈਂਚੀ ਹਾਂ ਓਏ ਆਹੋ ਆਹ ਕੈਂਚੀ ਮਾਰੀ ਭਰਾਵਾ ਏਡਾ ਮੋਰਾ ਕਰਦਾ ਟਾਇਰ 'ਚ ਓ ਯਾਰ ਆਹ ਕੈਂਚੀ ਟਾਇਰ 'ਚ ਕਿਵੇਂ ਵੱਜੂ ਮੈਨੂੰ ਨਹੀਂ ਪਤਾ ਕਿਵੇਂ ਮਾਰੀ ਉਹਨਾਂ ਨੇ ਮਾਰ ਕੇ ਦਿਖਾ ਆਹ ਵੇ ਦੇਖ ਦਿਖਾ ਮਾਰ ਆਹ ਵੇਖ ਇੱਥੇ ਮਾਰੀ ਜਨਾ ਏ ਦੇਖੀ ਆਪਣੇ ਪਿੰਡ ਦਾ ਡਾਕਟਰ ਸਿੱਧੂ ਮੂਸੇਵਾਲੇ ਬਾਰੇ ਕੀ ਬੋਲੀ ਜਾਂਦਾ ਉਹ ਭਰਾਵਾ ਇਹਦਾ ਤਾਂ ਫੇਸਬੁੱਕ ਤੇ ਨੈਤੀ ਇਹੀ ਕੰਜਰਖਾਨਾ ਇਹ ਤਾਂ ਕਿਤੇ ਕਿਸੇ ਨੂੰ ਫੜ ਲੈਂਦਾ ਕਿਤੇ ਕਿਸੇ ਨੂੰ ਫੜ ਲੈਂਦਾ ਕਿਤੇ ਕਿਸੇ ਬਾਰੇ ਕੁਝ ਬੋਲਣ ਲੱਗ ਜਾਂਦਾ ਇਹ ਫਿਰਦਾ ਵਾ ਸਿੱਧੂ ਮੂਸੇਵਾਲੇ ਵਾਂਗੂ ਮਸ਼ਹੂਰ ਹੋਣ ਨੂੰ ਪਰ ਉਹਦੇ ਵਾਂਗੂ ਮਸ਼ਹੂਰ ਨਹੀਂ ਹੋ ਸਕਦਾ ਇਹ ਵੇਖ ਯਾਰ ਉਹ ਕਿੰਨਾ ਚੰਗਾ ਮੁੰਡਾ ਸੀ ਅੱਜ ਤੱਕ ਉਹਨੇ ਕੋਈ ਮਾੜਾ ਗਾਣਾ ਗਾਇਆ ਦੇਖ ਉਹਦੇ ਮਾਂ ਪਿਓ ਕਿੰਨੇ ਚੰਗੇ ਆ ਵੀ ਕਿੰਨੇ ਗਾਣੇ ਕੱਢੇ ਆ ਅੱਜ ਤੱਕ ਵੀ ਕੋਈ ਮਾੜਾ ਗਾਣਾ ਇਹਦਾ ਮੂਸੇਵਾਲੇ ਦਾ ਦਿਖਾ ਦਿਓ ਇਹ ਭਾਲਦਾ ਫੇਮ ਲੈਣ ਨੂੰ ਜਿੰਨਾ ਮਰਜ਼ੀ ਜ਼ੋਰ ਲਾ ਲਵੇ ਇਹਦੇ ਕੋਲੋਂ ਸਿੱਧੂ ਮੂਸੇਵਾਲਾ ਨਹੀਂ ਬਣਿਆ ਜਾਣਾ ਉਹ ਇਹ ਤਾਂ ਭਰਾਵਾ ਬੁੜੀਆਂ ਤੋਂ ਵੀ ਭੈੜਾ ਵਾ ਜਿੰਨਾ ਚਿਰ ਸੋਸ਼ਲ ਮੀਡੀਆ ਤੇ ਲੋਕਾਂ ਤੋਂ ਗਾਲਾਂ ਨਾ ਖਾ ਲਵੇ ਉਹਨਾਂ ਚਿਰ ਉਹਨੂੰ ਤਾਂ ਰੋਟੀ ਸਵਾਦ ਨਹੀਂ ਲੱਗਦੀ ਗੀ ਬਈ ਗੱਲ ਤਾਂ ਤੇਰੀ ਸਹੀ ਹੈ ਯਾਰ
ਪਹਿਲਾਂ ਤਾਂ ਆਪਾਂ ਇਹਦੇ ਪੇਜ ਨੂੰ ਕਰਦੇ ਆਂ ਫੋਲੋ। ਅੱਛਾ, ਫਿਰ ਕਮੈਂਟਾਂ 'ਚ ਗਾਲਾਂ ਕੱਢਿਆ ਕਰਾਂਗੇ, ਜਿਵੇਂ ਜਿਵੇਂ ਕੋਈ ਭੜਕਾਊ ਜੀ ਵੀਡੀਓ ਪਾਊਗਾ ਨਾ ਕਮੈਂਟਾਂ 'ਚ ਗਾਲਾਂ ਕੱਢ ਕੇ ਵੀਡੀਓ ਸ਼ੇਅਰ ਕਰਿਆ ਕਰਾਂਗੇ, ਆਪੇ ਕਿਸੇ ਨਾ ਕਿਸੇ ਤੋਂ ਸਾਲਾ ਕੁੱਟ ਖਾ ਕੇ ਬਹਿਜੂਗਾ। ਉਹ ਨਹੀਂ ਨਹੀਂ ਇਹੋ ਜਿਹੇ ਬੰਦੇ ਦੀ ਆਪਾਂ ਵੀਡੀਓ ਸ਼ੇਅਰ ਨਹੀਂ ਕਰਨੀ, ਆਪਾਂ ਹੈਗੇ ਪੜ੍ਹੇ ਲਿਖੇ, ਤੇ ਇਹੋ ਜਿਹੇ ਬੇਵਕੂਫ ਡੰਗਰ ਦੀ ਤਾਂ ਅਨਪੜ੍ਹ ਲੋਕ ਵੀਡੀਓ ਸ਼ੇਅਰ ਕਰਦੇ ਆ। ਇਹ ਤਾਂ ਚਾਹੁੰਦਾ ਵਾ ਵੀ ਮੈਂ ਕੋਈ ਵੀ ਭੜਕਾਊ ਪੋਸਟ ਜਾਤਾਂ ਪਾਤਾਂ ਵਾਲੀ ਪਾਵਾਂ ਤੇ ਮੈਂ ਮਸ਼ਹੂਰ ਹੋ ਜਾਂ। ਇਹ ਤਾਂ ਮਸ਼ਹੂਰ ਹੋਣ ਨੂੰ ਫਿਰਦਾ ਵਾ, ਨਾਲੇ ਇਹ ਭਾਲਦਾ ਵੀ ਮੈਨੂੰ ਫੇਸਬੁੱਕ ਤੋਂ ਪੈਸੇ ਆਉਣ। ਇਹ ਤਾਂ ਫੇਸਬੁੱਕ ਤੋਂ ਪੈਸੇ ਵੀ ਆਉਂਦੇ ਆ, ਇਸ ਕਰਕੇ ਇਹ ਜੇ ਬੇਵਕੂਫ ਨਾ ਸਾਲੇ ਨੂੰ ਬਲੌਕ ਮਾਰ ਜਿਹੜਾ ਜਾਤਾਂ ਪਾਤਾਂ ਦੀਆਂ ਵੰਡੀਆਂ ਪਾਉਂਦਾ ਵਾ, ਇਹ ਮਾਰ ਮਾਰ ਹੋਣੇ ਬਲੌਕ ਮਾਰ ਸਾਲੇ ਨੂੰ। ਇਹੋ ਜਿਹੇ ਬਸ਼ਰਮ ਬੰਦੇ ਨੂੰ ਗਾਲਾਂ ਗੂਲਾਂ ਨਾਲ ਕੋਈ ਫਰਕ ਨਹੀਂ ਪੈਂਦਾ, ਉਹ ਗਾਲਾਂ ਤਾਂ ਇਹ ਚਾਹੁੰਦਾ ਕਹਿੰਦਾ ਮੈਨੂੰ ਫੇਸਬੁੱਕ ਤੇ ਲੋਕ ਗਾਲਾਂ ਕੱਢਣ, ਤੇ ਇਹਨਾਂ ਤਾਂ ਗਾਲਾਂ ਦੇ ਵੀ ਪੈਸੇ ਮਿਲਦੇ ਆ। ਇਸ ਕਰਕੇ ਬਲੌਕ ਮਾਰ ਜਿਹੜਾ ਜਾਤਾਂ ਪਾਤਾਂ ਦੀਆਂ ਵੰਡੀਆਂ ਪਾ ਕੇ ਸਮਾਜ ਵਿੱਚ ਨਫ਼ਰਤਾਂ ਫੈਲਾਉਂਦਾ, ਮਾਰ ਮਾਰ ਬਲੌਕ ਮਾਰ ਸਾਲੇ ਨੂੰ ਮਾਰ ਦਿੰਨੇ ਆਪਾਂ ਸਿੱਧੂ ਮੂਸੇਵਾਲੇ ਦੇ ਫੈਨ ਆ ਬਈ। ਹਾਂ ਮਾਰ ਬਲੌਕ ਸਾਲ ਨੂੰ। ਤੁਹਾਨੂੰ ਪਤਾ ਹੀ ਆ ਲੋਕ, ਕਈ ਲੋਕ ਇਹੋ ਜਾਂਦੇ ਆ ਨਾ ਵੀ ਕਿਸੇ ਜਾਤ ਪਾਤ ਨੂੰ ਲੈ ਕੇ ਜਾਂ ਕਿਸੇ ਸਿੰਗਰ ਦਾ ਨਾਂ ਲੈ ਕੇ ਆਪਾਂ ਵੀਡੀਓ ਪਾ ਦਿੰਦੇ ਭੜਕਾਊ, ਤੇ ਉਹ ਚੱਕ ਕੇ ਆਪਣੇ ਵਰਗੇ ਜਿਹੜੇ ਅਨਪੜ੍ਹ ਲੋਕ ਆ ਵੀਡੀਓ ਸ਼ੇਅਰ ਕਰਨ ਲੱਗ ਜਾਂਦੇ ਫੇਸਬੁੱਕ ਦੇ ਵੀ ਕਰਦੇ ਹੋਏ ਜਿਹਦੀ ਵੀਡੀਓ ਸ਼ੇਅਰ ਕਰ ਦਿਓ। ਇਹੋ ਜਿਹੇ ਬੰਦੇ ਦੀ ਵੀਡੀਓ ਤੁਸੀਂ ਬਈ ਸ਼ੇਅਰ ਨਾ ਕਰੋ, ਨਾ ਉਹਦੀ ਵੀਡੀਓ 'ਤੇ ਜਾ ਕੇ ਕਮੈਂਟ ਕਰੋ, ਨਾ ਉਹਦੇ ਕਮੈਂਟ 'ਚ ਜਾ ਕੇ ਗਾਲ ਕੱਢੋ, ਠੀਕ ਹੈ ਨਾ। ਇਹੋ ਜਿਹੇ ਬੰਦੇ ਸਿੱਧਾ ਬਲੌਕ ਮਾਰੋ। ਸਾਡੇ ਲੋਕ ਕੀ ਕਰਦੇ ਆ, ਜਦੋਂ ਕੋਈ ਵੀਡੀਓ ਇਹੋ ਜਿਹੀ ਪਾ ਦਿੰਦਾ ਚੱਕ ਕੇ ਸ਼ੇਅਰ ਕਰ ਦਿੰਦੇ, ਉਹ ਸੜਿਆ ਬੰਦਾ ਹੁੰਦਾ ਜਿਹਨੂੰ ਚੱਕ ਕੇ ਤੁਸੀਂ ਨਿਊਜ਼ ਚੈਨਲਾਂ 'ਤੇ ਲੈ ਆਉਂਦੇ, ਇਹੋ ਜਿਹੇ ਨਿਊਜ਼ ਚੈਨਲ ਵਾਲੇ ਆ ਵੀ ਤੁਸੀਂ ਇਹੋ ਜਿਹੇ ਬੰਦੇ ਦੀ ਤੁਸੀਂ ਵੀਡੀਓ ਪਾਉਂਦੇ ਆ। ਸੋ ਹੱਥ ਜੋੜ ਕੇ ਬੇਨਤੀ ਹੈ ਵੀਰੇ, ਇਹੋ ਜਿਹੇ ਬੰਦੇ ਨੂੰ ਤੁਸੀਂ ਉੱਪਰ ਨਾ ਚੱਕਿਆ ਕਰੋ, ਇਹੋ ਜਿਹੇ ਬੰਦੇ ਨੂੰ ਸਿੱਧਾ ਬਲੌਕ ਮਾਰਿਆ ਕਰੋ। ਬੇਨਤੀ, ਤੁਹਾਨੂੰ ਪਤਾ ਯਾਰ ਸੋਸ਼ਲ ਮੀਡੀਆ ਦਾ ਜ਼ਮਾਨਾ, ਇਹ ਤੋਂ ਪੈਸਾ ਵੀ ਬਣਦਾ ਹੈ ਨਾ, ਲੋਕ ਯਾਰ ਮਸ਼ਹੂਰ ਹੋਣ ਲਈ ਬਹੁਤ ਕੁਛ ਕਰਦੇ ਆ। ਸੋ ਵੀਰ ਬਣ ਕੇ ਇਹੋ ਜਿਹੇ ਬੰਦੇ ਨੂੰ ਉੱਪਰ ਨਾ ਚੱਕਿਆ ਕਰੋ, ਜਿਹੜਾ ਵੀ ਭੜਕਾਊ ਗੱਲ ਕਰਦਾ ਜਾਂ ਕਿਸੇ ਸਿੰਗਰ ਦਾ ਨਾਂ ਲੈ ਕੇ ਇੱਦਾਂ ਗੱਲ ਕਰਦਾ ਨਾ। ਸੋ ਸਾਰੇ ਕਿਸੇ ਬਾਰੇ ਜਾਣਦੇ ਹੁੰਦੇ, ਇੱਦਾਂ ਦੇ ਕੰਮ ਨਾ ਕਰਿਆ ਕਰੋ, ਇਹੋ ਜਿਹੇ ਬੰਦੇ ਨੂੰ ਸਿੱਧਾ ਬਲੌਕ ਮਾਰਿਆ ਕਰੋ। ਬਾਕੀ ਵੀਡੀਓ ਦੇ ਵਿੱਚ ਅਸੀਂ ਕਿਸੇ ਨੂੰ ਗਲਤ ਬੋਲਿਆ ਹੋਵੇ ਉਹਦੇ ਲਈ ਅਸੀਂ ਮਾਫ਼ੀ ਮੰਗਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।